ਜਦੋਂ ਇਹ ਤੁਹਾਨੂੰ ਪੈਸੇ ਦੇ ਕੇ ਗਏ ਨੇ ਉਦੋਂ ਤੁਸੀਂ ਸਾਡੇ ਕੋਲ ਨਹੀਂ ਆਉਂਦੇ ਸੀ? ਉਦੋਂ ਨਹੀਂ ਆਉਂਦੇ ਸੀ ਪੱਕਾ? ਹਾਂਜੀ. ਹੁਣ ਜੇ ਉਹਨਾਂ ਨੇ ਵੀਡੀਓ ਭੇਜ ਦਿੱਤੀ ਤੁਹਾਡੇ ਕੋਲ, ਇਹਨਾਂ ਨੇ ਤੁਹਾਨੂੰ ਦੱਸਿਆ ਨਹੀਂ ਕਿ ਸਾਡੇ ਕੋਲ ਪਿਛਲੇ ਸਾਲ ਡੇਢ ਸਾਲ ਤੋਂ ਹੈਲਪ ਲੈ ਰਹੇ ਨੇ ਸਾਰੀ, ਤੁਸੀਂ ਇਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਤੁਹਾਡੀ ਇਸ ਸੰਸਥਾ ਵੱਲੋਂ ਹੈਲਪ ਚੱਲ ਰਹੀ? ਮੇਰੀ ਚੈਨਲਾਂ ਨੂੰ ਵੀ ਬੇਨਤੀ ਹੈ ਭਾਈ, ਨਿਊਜ਼ ਚੈਨਲਾਂ ਨੂੰ, ਮੇਰੇ ਨਾਲ ਕੁਛ ਝੂਠ ਨਾ ਬੋਲਿਓ, ਮੈਨੂੰ ਸੱਚ ਦੱਸਿਓ, ਤੁਹਾਨੂੰ ਕਿੰਨੇ ਕਿੰਨੇ ਪੈਸੇ ਭੇਜੇ ਨੇ? ਬਹੁਤ ਘੱਟ ਭੇਜੇ. ਕਿੰਨੇ ਪੈਸੇ ਭੇਜੇ ਨੇ ਲੋਕਾਂ ਨੇ ਤੁਹਾਨੂੰ? ਤੁਸੀਂ ਮੈਨੂੰ ਦੱਸਿਆ ਕਿ ਉਹਨੇ ਕਿ ਤੁਹਾਡੀ ਮਦਦ ਕਰ ਰਹੇ ਨੇ ਲੋਕ? ਨਹੀਂ ਵੀਰ ਜੀ, ਇੱਕ ਮੋਗੇ ਤੋਂ ਵੀਰ ਜੀ ਆਏ ਸੀਗੇ. ਕਿੰਨੇ ਪੈਸੇ ਭੇਜੇ ਉਹਨਾਂ ਨੇ ਤੁਹਾਨੂੰ? ਬਸ ਇੱਕ ਵਾਰੀ ਦੋ ਵਾਰੀ ਆਏ ਨੇ ਉਹ, ਦਸ ਦਸ ਹਜ਼ਾਰ ਕਰਕੇ ਦੋ ਵਾਰੀ ਦੇ ਗਏ. ਤੁਸੀਂ ਮੈਨੂੰ ਕਿਉਂ, ਮੇਰੇ ਤੋਂ ਕਿਉਂ ਲੁਕਾਈਆਂ ਗੱਲਾਂ? ਪਹਿਲਾਂ ਦੀ ਗੱਲ, ਤੁਹਾਡੇ ਕੋਲੇ ਨਹੀਂ ਆਉਂਦੇ? ਤੁਸੀਂ ਉਹਨਾਂ ਨੂੰ 10 ਦਿਨ ਪਹਿਲਾਂ ਵੀ ਫੋਨ ਕੀਤਾ ਪੈਸਿਆਂ ਲਈ? ਕਿੰਨਾਂ ਨੂੰ? ਉਹਨਾਂ ਨੂੰ ਮੋਗੀ ਵਾਲਿਆਂ ਨੂੰ? ਨਹੀਂ ਵੀਰ ਜੀ, ਚੱਕ ਗੱਲ ਸਕਦੇ ਹੋ ਤੁਸੀਂ ਵੀਰ ਜੀ. ਤੁਸੀਂ ਹੁਣ ਤੱਕ ਕਿੰਨੀ ਇੱਕ ਵਾਰੀ ਹੈਲਪ ਕਰ ਚੁੱਕੇ ਹੋ? ਅੱਛਾ, ਦੋ ਤਿੰਨ ਵਾਰੀ ਹੈਲਪ ਕਰਤੀ. ਆਈਡੀਆ ਕਿੰਨੇ ਕੁ ਦੀ? ਦਸ ਦਿਨ ਪਹਿਲਾਂ ਕੋਈ ਫੇਰ ਫੋਨ ਆਇਆ ਸੀ ਇਹਨਾਂ ਦਾ? ਦਸ ਦਿਨ ਤਾਂ ਨੀ ਹੋ ਗਏ, ਥੋੜਾ 15-20 ਦਿਨ ਹੋ ਗਏ ਹੋਣੇ. ਅੱਛਾ, ਮਹੀਨਾ ਕੁ ਪਹਿਲਾਂ ਲਾ ਲਈਏ. ਤੁਸੀਂ ਗਏ ਸੀ ਫਿਰ ਇਹਨਾਂ ਦੇ? ਗਏ ਸੀ ਬਾਈ ਘਰੇ ਘੁਰੇ ਤੁਸੀਂ? ਗਏ ਸੀ? ਹਾਂ, ਘਰੇ ਦੋ ਵਾਰੀ ਜਾ ਕੇ ਆਏ. ਜਦੋਂ ਇਹਨਾਂ ਨੇ ਪੁਰਾਣਾ ਘਰ ਛੱਡਿਆ ਉੱਥੇ ਵੀ ਜਾ ਕੇ, ਹੁਣ ਨਵੇਂ ਘਰ 'ਚ ਉੱਪਰ ਚਵਾਰੇ 'ਚ ਰਹਿੰਦੇ ਤਾਂ ਇਹ. ਇਹਨਾਂ ਨੇ ਦੱਸਿਆ ਨੀ, ਇਹਨਾਂ ਨੇ ਤੁਹਾਨੂੰ ਦੱਸਿਆ ਨੀ ਕਿ ਸਾਡੇ ਕੋਲ ਪਿਛਲੇ ਸਾਲ ਡੇਢ ਸਾਲ ਤੋਂ ਹੈਲਪ ਲੈ ਰਹੇ ਨੇ ਸਾਰੀ, ਇਲਾਜ ਦੀ ਹੈਲਪ ਤਾਂ ਬਾਈ ਤੁਹਾਨੂੰ ਕੋਈ ਗੱਲ ਨਹੀਂ ਕੀਤੀ? ਤੁਸੀਂ ਛੋਟੀ ਜਿਹੀ ਬੱਚੀ ਹੈ ਪਿਆਰੀ ਜੀ ਇੱਕ? ਹਾਂ ਹਾਂ. ਨਹੀਂ, ਇਹਨਾਂ ਨੇ ਕੁਛ ਤੁਹਾਨੂੰ ਦੱਸਿਆ ਨੀ ਕਿ ਹੈਲਪ ਕਰ ਰਹੇ ਨੇ ਸਾਡੀ ਦਵਾਈਆਂ ਦੀ? ਇਹ ਤੁਹਾਡੇ ਕੋਲ ਕਾਹਦੇ ਪੈਸੇ ਮੰਗਦੇ ਸੀ? ਕੋਈ ਬਿੱਲ ਬੁੱਲ ਨੀ ਮੰਗੇ ਤੁਸੀਂ ਉਹਨਾਂ ਕੋਲ? ਡਾਇਲਸਿਸ ਕਿੱਥੇ ਕਰਾਉਂਦੇ ਹੋ ਜਾਂ ਦਵਾਈਆਂ ਕਿੱਥੋਂ ਲੈਂਦੇ ਹੋ? ਕਿੰਨੀ ਦੇਰ ਬਾਈ ਤੁਹਾਡੇ ਟੱਚ ਚ ਰਹੇ ਨੇ? ਕਦੋਂ ਤੋਂ ਇਹ ਤੁਹਾਡੇ ਟੱਚ ਚ ਨੇ? ਇਹ ਮੈਨੂੰ ਮੁੰਡਾ ਬਾਹਰਲਾ ਹੀ ਸੀਗਾ ਜਰਮਨ ਤੋਂ, ਮੇਰਾ ਦੋਸਤ ਆ, ਉਹਨੇ ਹੀ ਮੈਨੂੰ ਇਹਨਾਂ ਦਾ ਕਿਹਾ ਸੀਗਾ ਯਾਰ ਇਹਨਾਂ ਨੂੰ ਹੈਲਪ ਦੀ ਲੋੜ ਆ, ਫੋਨ ਕਰਦਾ ਸੀ। ਇੱਕ ਮਿੰਟ ਬਾਈ, ਇੱਕ ਮਿੰਟ ਬਾਈ ਹੋਲਡ ਕਰਿਓ। ਤੁਸੀਂ ਇਹਨਾਂ ਨੂੰ ਕਿਉਂ ਨਹੀਂ ਦੱਸਿਆ ਕਿ ਤੁਹਾਡੀ ਇਸ ਸੰਸਥਾ ਵੱਲੋਂ ਹੈਲਪ ਚੱਲ ਰਹੀ ਹੈ? ਮੈਨੂੰ ਸਿਰਫ ਇਸ ਚੀਜ਼ ਦਾ ਜਵਾਬ ਦਿਓ। ਤੁਹਾਡੇ ਕੋਲ ਆਉਂਦੇ ਨਹੀਂ ਸੀਗੇ? ਨਹੀਂ ਆਉਂਦੇ ਸੀਗੇ। ਇੱਕ ਬਾਈ, ਇਹਨਾਂ ਨੇ ਜਿਹੜੇ ਤੁਹਾਡੇ ਕੋਲ 25,000 ਲਿੱਤਾ, ਇਹ ਕਦੋਂ ਲਿੱਤਾ ਹੋਇਆ? 30,000 ਦੀ ਵੀਡੀਓ ਹੈਗੀ ਹੈ ਮੇਰੇ ਕੋਲ, ਮੈਂ ਭੇਜ ਦੂੰਗਾ। ਆਈਡੀਆ ਮਤਲਬ ਆਪਣੇ ਕੋਲੇ ਕਦੋਂ ਤੋਂ ਹੈਲਪ ਲੈ ਰਹੇ ਨੇ? 7-8 ਮਹੀਨੇ ਹੋ ਗਏ। 7-8 ਮਹੀਨੇ ਤੋਂ ਪੁਰਾਣੀ ਗੱਲ ਹੈ ਕਿ 7-8 ਮਹੀਨੇ ਬਾਅਦ? ਅੱਛਾ, ਮੈਨੂੰ ਮਾੜੀ ਵੀਡੀਓ ਭੇਜੀਓ, ਕਿਹੜੀ ਡੇਟ ਦੀ ਹੈ? ਜਦੋਂ ਤੁਸੀਂ ਇਹਨਾਂ ਕੋਲ ਪੈਸੇ ਲਿੱਤੇ ਸੀ ਉਦੋਂ ਤੁਸੀਂ ਇੱਥੇ ਨਹੀਂ ਆਉਂਦੇ ਸੀ? ਨਹੀਂ ਆਉਂਦੇ। ਮੈਂ ਸਬੂਤਾਂ ਦੇ ਆਧਾਰ ਤੇ ਕਨਫਰਮੇਸ਼ਨ ਲਵਾਂਗਾ ਸਾਰੀ। ਤੁਸੀਂ ਮੈਨੂੰ ਵੀਡੀਓ ਭੇਜੀਓ ਬਾਈ, ਕਦੋਂ ਦੀ ਡੇਟ ਦੀ, ਮਾੜਾ ਜਿਹਾ ਇਹ ਮੰਨ ਨਹੀਂ ਰਹੇ ਮਾੜਾ, ਮੈਨੂੰ ਕਨਫਰਮੇਸ਼ਨ ਦੇ। ਦਾਨ ਖਰਾਬ ਨਾ ਹੋਵੇ ਉਸ ਚੱਕਰ ਚ ਇੰਨੀ ਪਕਾਈ ਮਾਰੀ ਜਾਣਾ, ਨਹੀਂ ਤਾਂ ਮੈਨੂੰ ਤਾਂ ਕੋਈ ਚੱਕਰ ਹੀ ਨਹੀਂ ਹੈਗਾ। ਮੈਨੂੰ 2-3 ਮਹੀਨੇ ਹੋਏ ਆ ਮੇਰੇ ਕੋਲ ਵੀਡੀਓ ਹੈਗੀ ਇਹਨਾਂ ਦੀ ਯਾਰ, ਇੱਕ ਤਾਂ ਪਾਈ ਹੋਣੀ, ਇੱਕ ਦੋ ਤਾਂ
ਮੈਂ ਤਾਂ ਬਾਈ ਦੇਖੋ ਸਿੱਖੋ, ਮੈਂ ਤਾਂ ਇਹ ਹੈਰਾਨ ਹਾਂ ਕਿ ਇੰਨਾ ਵਾਇਰਲ ਆ ਮੈਂ, ਪੂਰੇ ਪੰਜਾਬ ਛੱਡੋ ਪੂਰੀ ਦੁਨੀਆ 'ਚ ਸਾਡੀ ਐਨ ਜੀ ਓ ਇੰਨੀ ਵਾਇਰਲ ਹੈ, ਹੁਣ ਇਹਨਾਂ ਦਾ ਰੌਲਾ ਕੀ ਪਿਆ ਸਾਡੇ ਨਾਲ? ਅਸੀਂ ਇਹਨਾਂ ਦੀ ਹੈਲਪ ਕਰ ਰਹੇ ਹਾਂ 21 ਅਗਸਤ 23 ਅਗਸਤ ਤੋਂ ਲਾ ਲਓ, ਸਾਲ ਕੀ ਹੋਣ ਵਾਲਾ, 7-8 ਮਹੀਨੇ ਹੋ ਗਏ, ਅਤੇ ਅਸੀਂ ਇਹਨਾਂ ਨੂੰ ਰਾਸ਼ਨ ਵੀ ਦੇ ਰਹੇ ਹਾਂ, ਇਹਨਾਂ ਨੂੰ ਦਵਾਈਆਂ A to Z, ਇਹਨਾਂ ਦਾ ਘੱਟੋ ਘੱਟ 25-30 ਹਜ਼ਾਰ ਦਾ ਖਰਚਾ ਮਹੀਨੇ ਦਾ, ਡਾਇਲਸਿਸ ਡੁਲਸਿਸ ਦਾ, ਦਵਾਈਆਂ ਦੁਈਆਂ ਦਾ, ਅਸੀਂ ਇਹਨਾਂ ਨੂੰ 1 ਰੁਪਏ ਦੀ ਕਮੀ ਨਹੀਂ ਆਉਣ ਦੇ ਰਹੇ, ਲੋਕ ਵੀ ਇਹਨਾਂ ਨੂੰ ਦੇ ਰਹੇ ਨੇ। ਮੈਂ ਇਹਨਾਂ ਨੂੰ ਇਹ ਪੁੱਛ ਰਿਹਾ, ਇਹਨਾਂ ਦੇ ਨਾ 2 ਇੰਟਰਵਿਊਆਂ ਕਰਤੀਆਂ ਇਹਨਾਂ ਨੇ ਪਹਿਲਾਂ ਕਿਸੇ ਚੈਨਲ ਨੂੰ, ਉਹ ਇੰਟਰਵਿਊ ਦੇ ਵਿੱਚ ਕੁਛ ਨਹੀਂ ਬੋਲਿਆ ਇਹਨਾਂ ਨੇ ਕਿ ਤੁਹਾਡੀ ਹੈਲਪ ਕਿੱਥੋਂ ਹੋ ਰਹੀ ਹੈ। ਉਹ ਦੇਖ ਕੇ ਬੜਾ ਦਿਲ ਟੁੱਟਿਆ, ਚਲੋ ਤੁਸੀਂ ਇਹ ਲੋਕਾਂ ਨੂੰ ਨਹੀਂ ਦੱਸਿਆ ਕਿ ਤੁਹਾਡੀ ਹੈਲਪ ਕਿੱਥੋਂ ਹੋ ਰਹੀ ਕਿੱਥੋਂ ਨਹੀਂ ਹੋ ਰਹੀ, ਪਰ ਐਟਲੀਸਟ ਮੈਨੂੰ ਤਾਂ ਆ ਕੇ ਦੱਸ ਦਿਓ। ਹੁਣ ਹੋਇਆ ਕਿ ਹੁਣ ਉਹ ਚੈਨਲ ਨੇ ਨਾ ਕਿਤੇ ਇਹਨਾਂ ਦੀ ਪਿਛਲੇ ਸਾਲ ਵਾਲੀ ਵੀਡੀਓ ਫਿਰ ਪਾਤੀ ਅੱਜ ਕੱਲ੍ਹ 'ਚ, ਉਹ ਲੋਕ ਫਿਰ ਮੈਨੂੰ ਫੋਨ ਕਰੀ ਜਾਂਦੇ ਨੇ ਕਿ ਵਿਚਾਰਿਆਂ ਦੀ ਹੈਲਪ ਕਰੋ ਵਿਚਾਰਿਆਂ। ਹੁਣ ਕੀ ਦੱਸਾਂ ਇਹਨਾਂ ਵਿਚਾਰਿਆਂ ਦੀ ਹੈਲਪ ਤਾਂ ਅਸੀਂ ਪਹਿਲਾਂ ਹੀ ਕਰ ਰਹੇ ਹਾਂ। ਮੈਨੂੰ ਕਿਹੜਾ ਇਹਨਾਂ ਨੇ ਦੱਸਿਆ ਵਾ, ਜੇ ਮੈਨੂੰ ਦੱਸਿਆ ਹੁੰਦਾ ਮੈਂ ਤਾਂ ਪੈਸੇ ਵੀ ਦੇ ਕੇ ਆਇਆ ਇਹਨਾਂ ਨੂੰ, ਘਰ ਵਾਸਤੇ ਵੀ DSP ਦਾ ਨੰਬਰ ਵੀ ਦੇ ਕੇ ਗਿਆ ਇਹਨੂੰ, ਪੁੱਛੋ ਤਾਂ ਉਹਨੂੰ ਡਿਪਟੀ ਦਾ ਨੰਬਰ ਦਿੱਤਾ, ਮੇਰਾ ਦੋਸਤ ਹੀ ਇੱਥੇ ਸੁਖਵਿੰਦਰ ਸਿੰਘ। ਤੁਸੀਂ ਮੇਰੀ ਭੈਣ ਹੈ, ਇੱਕ ਮੈਨੂੰ ਗੱਲ ਦੱਸ, ਇਹ ਨਾ ਪਹਿਲੀ ਵਾਰੀ ਨਾ ਵੀਰੇ ਜਦੋਂ ਇਹਨਾਂ ਦੀ ਇੰਟਰਵਿਊ ਹੋਈ ਨਾ, ਇਸ ਭੈਣ ਨੂੰ ਨਾ ਲੋਕਾਂ ਨੇ ਬੜਾ ਚੰਗਾ ਮਾੜਾ ਬੋਲਿਆ, ਉਹ ਜਦੋਂ ਇੰਟਰਵਿਊ ਹੋ ਗਈ ਇਹਨਾਂ ਦੀ, ਤੁਹਾਨੂੰ ਪਤਾ ਲੋਕਾਂ ਨੇ ਮਦਦ ਤਾਂ ਕੀ ਕਰਨੀ ਸੀ, ਉਹ ਇਹਨੂੰ ਕਹਿਣ ਲੱਗੇ ਕਿ ਛੱਡ ਤੇਰਾ ਮਰੀਜ਼ ਹੈਗਾ ਬੰਦਾ, ਤੂੰ ਇਹਨੂੰ ਛੱਡ ਦੇ ਵਿਆਹ ਸਾਡੇ ਨਾਲ ਕਰਾ ਲੈ, ਹਨਾ। ਇਹ ਵਿਚਾਰੀ ਆ ਕੇ ਇੱਥੇ ਦੱਸਣ ਲੱਗੀ, ਮੈਨੂੰ ਵੀ ਬੜਾ ਗੁੱਸਾ ਚੜਿਆ ਕਿ ਲੋਕ ਬੜੇ ਮੂਰਖ ਨੇ ਯਾਰ, ਅਤੇ ਇੱਦਾਂ ਦੀ ਗੱਲਾਂ ਯਾਰ, ਕਿੰਨਾ ਕੁ ਸੱਚ ਹੈ ਕਿੰਨਾ ਕੁ, ਹਾਂ ਹਨਾ। ਚਲੋ ਉਸ ਤੋਂ ਬਾਅਦ ਬਾਈ ਜੀ ਹੁਣ ਫਿਰ ਕਿਸੇ ਚੈਨਲ ਨੇ ਆਪਣੇ ਵਿਊ ਲੈਣ ਲਈ ਇਹਨਾਂ ਦੀ ਫਿਰ ਇੰਟਰਵਿਊ ਚਲਾਤੀ। ਹੁਣ ਮੈਂ ਹੈਰਾਨ ਹਾਂ ਇੱਥੇ ਬੈਠਾ ਕਿ ਲੋਕ ਡਾਇਰੈਕਟ ਮਰੀਜ਼ਾਂ ਨੂੰ ਪੈਸੇ ਦੇਣ ਦੀ ਬਜਾਏ, ਇੱਕ ਵਾਰੀ ਕਿਤੇ ਪੰਜਾਬ 'ਚ ਜੇ ਕਿਸੇ ਨੂੰ ਕੋਈ ਮਰੀਜ਼ ਕੋਈ ਤੁਹਾਨੂੰ ਕਹਿੰਦਾ ਮੇਰੀ ਅਨਮੋਲ ਨੇ ਮਦਦ ਨਹੀਂ ਕੀਤੀ ਜਾਂ ਇੰਟਰਵਿਊ ਦੇਖ ਲਈ, ਉਹ ਇੱਕ ਵਾਰੀ ਸਾਡੇ ਕੋਲ ਕਿਤੇ ਕਨਫਰਮ ਹੀ ਕਰ ਲਓ ਕਿਤੇ ਮਰੀਜ਼ ਤੁਹਾਡੇ ਕੋਲ ਤਾਂ ਨਹੀਂ ਆਉਂਦਾ ਪਿਆ। ਉਹ ਯਾਰ ਆਪਣੀ ਵੀਰੇ ਗੱਲ ਵੀ ਨਹੀਂ ਨਾ ਹੁੰਦੀ, ਤੇਰਾ ਪਰਸਨਲ ਨੰਬਰ ਵੀ ਹੈ ਨਹੀਂ ਸੀ, ਮੈਂ ਆਉਣ ਦੀ ਕੋਸ਼ਿਸ਼ ਵੀ ਕੀਤੀ 1-2 ਵਾਰੀ, ਪਰ ਥੱਲੜੇ ਬੰਦਿਆਂ ਨੇ ਗੱਲਬਾਤ ਕਰਾਈ ਨਹੀਂ, ਮੈਂ ਉਹਨਾਂ ਨੂੰ ਕਿਹਾ ਸੀ ਮਿਲਣਾ, ਤੁਹਾਡੇ ਕੋਲ ਕੋਈ ਹੋਰ ਮਰੀਜ਼ ਤਾਂ ਨਹੀਂ ਚੱਲ ਰਿਹਾ ਬਾਈ? ਹੋਰ ਨਹੀਂ, ਹੁਣ ਤਾਂ ਆਪਾਂ ਘਰ ਹੀ ਬਣਾਇਆ ਸੀਗਾ ਇੱਕ, ਇੱਥੇ ਉਹਦਾ ਤਾਂ ਸ਼ਾਇਦ ਤੁਹਾਡੇ ਕੋਲ, ਉਹ ਵੀ ਸਿਟੀ ਹੈਡਲਾਈਨ ਵਾਲੇ ਨੇ ਪਾਇਆ ਹੋਇਆ ਸੀ, 92 ਸਾਲ ਦਾ ਬਜ਼ੁਰਗ ਹੈ। ਮੈਂ ਤਾਂ ਨਿਊਜ਼ ਚੈਨਲ, ਮੈਂ ਨਾ ਬਾਈ 20 ਵਾਰੀ ਨਿਊਜ਼ ਚੈਨਲਾਂ ਵਾਲੀ ਵੀਡੀਓ ਪਾਤੀ ਬਣਾ ਕੇ ਕਿ ਭਰਾਵਾ ਕੋਈ ਚੈਨਲ ਕੋਈ ਇੰਟਰਵਿਊ ਕਰਨ ਤੋਂ ਪਹਿਲਾਂ ਨਾ ਮੈਡੀਕਲੀ ਇੱਕ ਵਾਰੀ ਮੈਨੂੰ ਮਿਲ ਲਵੇ, ਉਸ ਤੋਂ ਬਾਅਦ ਇੰਟਰਵਿਊ ਕਰ ਦੋਵੇ। ਹੁਣ ਜੇ ਕਿਸੇ ਮਰੀਜ਼ ਦਾ ਇੰਟਰਵਿਊ ਕਰਨ ਤੋਂ ਬਿਨਾਂ ਹੀ ਹੱਲ ਹੁੰਦਾ, ਹੁਣ ਸਪੋਜ਼ ਬਾਈ ਕਿਸੇ ਮਰੀਜ਼ ਨੂੰ 10,000 ਦੀ ਲੋੜ ਹੈ, ਉਹਦੀ ਚੱਕ ਕੇ ਇੰਟਰਵਿਊ ਕਰਤੀ, ਇੰਟਰਵਿਊ ਚੱਲ ਗਈ 1,000,000, ਹੁਣ 1,000,000 ਤੋਂ ਬਾਅਦ 10-10 ਹਜ਼ਾਰ ਕਰਕੇ ਪਤਾ ਨਹੀਂ ਕਿੰਨੇ ਪੈਸੇ ਆ ਜਾਣੇ ਉਹਨਾਂ ਨੂੰ। ਦੇਖੋ ਵਿਚਾਰਾ ਬੰਦਾ ਇੰਨਾ ਪਰੇਸ਼ਾਨ ਹੈ ਕਿ ਤੁਸੀਂ ਪਤਾ ਹੀ ਚੱਕਰ ਹੁੰਦਾ ਪੈਣੇ, ਤੁਸੀਂ 2-3 ਮਹੀਨੇ ਪਹਿਲਾਂ ਵੀਰ ਕੋਲ ਪੈਸੇ ਲਿੱਤੇ, ਇਹਨੂੰ ਵਿਚਾਰੇ ਨੂੰ 10 ਹੀ ਦਿਓ, ਇੱਕ ਵਾਰੀ ਭੇਜਿਓ ਵੀਰੇ ਵੀਡੀਓ, ਕਹਿੰਦੇ ਮਨ ਹੀ ਨਹੀਂ ਰਹੇ ਜੀ, ਅਸੀਂ ਤਾਂ ਤੁਹਾਡੇ ਕੋਲ 7-8 ਮਹੀਨੇ ਪੁਰਾਣੇ ਲਿੱਤੇ ਨੇ ਪੈਸੇ, ਭੇਜਿਓ ਬਾਈ ਭੇਜਿਓ, ਥੈਂਕ ਯੂ। ਆ ਮੇਰਾ ਨੰਬਰ ਸੇਵ ਕਰ ਲਿਓ, ਪਰਸਨਲ ਨੰਬਰ ਹੈ। ਥੋੜ੍ਹੀ ਜਿਹੀ ਦਿੱਕਤ ਇਹ ਵੀ ਹੈ ਬਾਈ ਕਿ ਨਾ ਸਾਰੀ ਦਿਹਾੜੀ ਸਾਡੇ ਤਾਂ 2 ਫੋਨ ਸੁਣਨ ਵਾਲੇ ਮੁੰਡੇ ਹੀ ਲੱਗੇ ਹੋਏ ਨੇ, ਵਿਚਾਰੇ ਫੋਨ ਹੀ ਇੰਨਾ ਸਾਰਾ ਦਿਨ, ਅਮਰੇਲੀ ਸੋਰੀ ਕੰਟੈਕਟ ਨਹੀਂ ਹੋ ਪਾਇਆ, ਪਰ ਆ ਸੇਵ ਕਰ ਲਿਓ, ਥੈਂਕ ਯੂ ਸਰਕਾਰ, ਥੈਂਕ ਯੂ। ਹੁਣ ਦੇਖੋ ਇਹ 'ਚ ਕਿੰਨਾ ਕੁਛ ਹੈ, ਹੁਣ ਗੱਲ ਇਹ ਕਿ ਇਹਨਾਂ ਦਾ ਵੀ ਕਸੂਰ ਹੈ ਨਹੀਂ, ਕਿਉਂਕਿ ਵਿਚਾਰੇ ਲੋੜਮੰਦ ਨੇ ਕਿਰਾਇਆ ਜਮ੍ਹਾਂ ਹੋਇਆ ਸੀ, ਉਦੋਂ ਵੀਰ ਜੀ ਆਏ ਨੇਗੇ, ਇਹ ਦੇ ਕੇ ਕਹਿੰਦੇ ਇਹਨਾਂ ਨੂੰ, ਅਸੀਂ ਇਹ ਵੀ ਕਿਹਾ ਸੀ ਵੀ ਜਦੋਂ ਇਹ ਤੁਹਾਨੂੰ ਪੈਸੇ ਦੇ ਕੇ ਗਏ ਨੇ ਉਦੋਂ ਤੁਸੀਂ ਸਾਡੇ ਕੋਲ ਨਹੀਂ ਆਉਂਦੇ ਸੀ? ਉਦੋਂ ਨਹੀਂ ਆਉਂਦੇ ਸੀ। ਪੱਕਾ? ਹਾਂਜੀ। ਹੁਣ ਜੇ ਉਹਨਾਂ ਨੇ ਵੀਡੀਓ ਭੇਜ ਦਿੱਤੀ ਤੁਹਾਡੇ ਕੋਲ 23 ਅਗਸਤ ਤੋਂ ਬਾਅਦ ਦੀ, 23 ਅਗਸਤ ਤੁਸੀਂ ਮੇਰੇ ਕੋਲ ਪਹਿਲੀ ਵਾਰੀ ਆਏ ਹੋ, 23 ਅਗਸਤ ਤੋਂ ਬਾਅਦ ਇਸ ਬੰਦੇ ਨੇ ਤੁਹਾਡੇ ਖਾਤੇ 'ਚ ਪੈਸੇ ਪਾਏ ਨੇ? ਚਲੋ ਕੈਸ਼ ਦੇ ਕੇ ਗਏ ਨੇ, ਉਸ ਤੋਂ ਪਹਿਲਾਂ ਪੈਸੇ ਪਾਏ ਨੇ, ਮਤਲਬ ਇਹਨਾਂ ਨੇ 23 ਅਗਸਤ ਤੋਂ ਬਾਅਦ ਕੋਈ ਪੈਸਾ ਨਹੀਂ ਪਾਇਆ, ਇਹ ਕਨਫਰਮ ਹੈ? ਹਾਂਜੀ। ਮੰਗਾ ਲਓ ਜੀ ਇਹਨਾਂ ਕੋਲ ਵੀਡੀਓ, ਮੰਗਾ ਲਓ। ਘਰੇ ਆਏ ਨੇ? ਇਹ ਕਦੋਂ ਆਏ ਸੀ, ਲਾਸਟ ਕਦੋਂ ਆਏ ਸੀਗੇ?
ਡੇਟ ਨਹੀਂ ਵੀਰ ਜੀ ਯਾਦ। ਆਈਡੀਆ ਪਤਾ ਹੀ ਹੋਣਾ ਤੁਹਾਨੂੰ ਭੈਣੇ, ਕਦੋਂ ਆਏ ਸੀਗੇ? ਹਾਂ ਵੀਰ ਜੀ 2 ਮਹੀਨੇ ਤੋਂ ਤਾਂ ਅਸੀਂ ਮੇਰੀ ਨਣਦ ਕੋਲ ਹੀ ਰਹਿ ਰਹੇ ਹਾਂ। ਨਹੀਂ 2 ਮਹੀਨੇ ਤੋਂ ਪਹਿਲਾਂ ਜਨਤਾ ਕਲੋਨੀ 'ਚ ਸੀਗੇ। 2 ਮਹੀਨੇ ਤੋਂ ਪਹਿਲਾਂ? ਹਾਂਜੀ ਉਦੋਂ ਆਏ ਨੇਗੇ ਇਹ ਉਸ ਜਨਤਾ। ਕਿੰਨੇ 3-4 ਮਹੀਨੇ ਹੋ ਗਏ? 3-4 ਮਹੀਨੇ ਹੋ ਗਏ ਹੋਣਗੇ ਵੀਰ ਜੀ। 3-4 ਮਹੀਨੇ ਤੇ ਇਹੀ ਮੰਨ ਰਹੀ ਸਾਡਾ ਉਦੋਂ ਕਿਰਾਇਆ ਜਮਾ। 8 ਮਹੀਨੇ ਤੁਸੀਂ ਮੇਰੇ ਕੋਲ ਆ ਰਹੇ ਹੋ? ਮੇਰੀ ਨਜ਼ਰਾਂ ਚੋਂ ਤਾਂ ਹੈ ਕਿਉਂਕਿ ਕੱਲ ਨੂੰ ਲੋਕ ਮੈਨੂੰ ਵੀ ਫੋਨ ਕਰਕੇ ਗਾਲਾਂ ਕੱਢਦੇ ਨੇ ਕਿ ਤੂੰ ਵੀਡੀਓ ਦੇਖੀ ਸੀ ਮਰੀਜ਼ ਦੀ, ਤੂੰ ਉਹਨਾਂ ਦੀ ਵੀਡੀਓ ਪਾਤੀ, ਮਦਦ ਤਾਂ ਤੇਰੀ ਕਰਦੇ ਨੀ। ਹੁਣ ਕਿੰਨੀ ਵਾਰੀ ਤੁਸੀਂ ਇੱਥੇ ਨਹੀਂ ਆਉਂਦੇ? ਤੁਹਾਡੇ ਫ੍ਰੀ ਡਾਇਲਸਿਸ ਹੁੰਦੇ ਕਿ ਨਹੀਂ ਹੁੰਦੇ? ਕਿਉਂ? ਕਿਉਂਕਿ ਉੱਥੇ ਡੋਨਰ ਕਿਸੇ ਹੋਰ ਨੂੰ ਪੈਸੇ ਦੇ ਕੇ ਜਾਂਦਾ ਤੇ ਉਹਦੇ ਖਾਤੇ ਚੋਂ ਤੁਹਾਡੇ ਖਾਤੇ 'ਚ ਪੈਸੇ ਜਮ੍ਹਾਂ ਹੁੰਦੇ। ਸਾਡੇ ਵਿੱਚ ਇਲਾਜ ਤਾਂ ਤੁਹਾਡੇ ਥਰੂ ਹੀ ਚੱਲ। ਪਰ ਭੈਣੇ ਮੇਰੀ ਗੱਲ ਤਾਂ ਇਹ ਹੈ, ਜਦੋਂ ਮੈਂ ਤੁਹਾਨੂੰ ਕਿਹਾ ਕਿ ਸਾਰੀ ਉਮਰ ਭੈਣੇ ਤੂੰ ਸਾਨੂੰ ਵੱਡਾ ਭਰਾ ਛੋਟਾ ਭਰਾ ਬਣਾ ਕੇ ਰੱਖ, ਇਲਾਜ ਤੇ ਤੇਰੀ ਜੋ ਦਿੱਕਤ ਹੈਗੀ ਤੇ ਅਸੀਂ ਕਿਸੇ ਦਾ ਰਾਸ਼ਨ ਵੀ ਨਹੀਂ ਦਿੰਦੇ ਤੈਨੂੰ ਪਤਾ, ਅਸੀਂ ਕਿਸੇ ਲੋਕਾਂ ਨੂੰ ਰਾਸ਼ਨ ਨਹੀਂ ਦਿੰਦੇ। ਪਰ ਤੇਰੇ ਘਰ ਦੀ ਮਜਬੂਰੀ, ਤੁਹਾਡੇ ਘਰ ਦੀ ਮਜਬੂਰੀ ਦੇਖ ਕੇ ਅਸੀਂ ਦਿੰਦੇ ਹਾਂ ਕਿ ਚਲੋ ਘਰ ਦੇ ਹਾਲਾਤ ਬਾਹਲੇ ਮਾੜੇ ਨੇ, ਪਰ ਜਦੋਂ ਤੁਹਾਡੀ ਕੋਈ ਮਦਦ ਕਰ ਰਿਹਾ ਤੁਸੀਂ ਐਟਲੀਸਟ ਉਹਨੂੰ ਹੀ ਦੱਸ ਦਿਓ। ਇਹਨਾਂ ਨੇ ਕੀਤੀ ਹੈ ਮੋਗੇ ਤੋਂ ਆਏ ਨੇ। ਇਸ ਤੋਂ ਇਲਾਵਾ ਕਿਸੇ ਨੇ ਪੈਸੇ ਦਿੱਤੇ? ਨਹੀਂ ਵੀਰ ਜੀ। ਪੱਕਾ? ਹੁਣ ਸੱਚ ਸਾਰਾ ਹੀ ਦੱਸ ਦਿਓ। ਨਹੀਂ ਸੱਚੀ ਹੈ ਵੀਰ ਜੀ। ਬੈਠੋ ਪਿੱਛੇ। ਅੱਗੋਂ ਦੀ ਕੋਈ ਏਦਾਂ ਦੀ ਮਦਦ ਕਰਦਾ ਮਦਦ ਲੈ ਲਓ, ਕੋਈ ਦਿੱਕਤ ਨਹੀਂ। ਪਰ ਮੈਨੂੰ ਜਾਂ ਉਹਨਾਂ ਨੂੰ ਦੱਸ ਦਿਓ ਕਿ ਵੀਰ ਜੀ ਸਾਡੀ ਉਹ ਵੀ ਮਦਦ ਕਰ ਰਹੇ। ਤੁਸੀਂ ਹੁਣ ਵੀ ਵੀਡੀਓ ਦੀ ਗੱਲ ਕਰਦੇ ਹੋ, ਇਹਨਾਂ ਨੇ ਪਤਾ ਨਹੀਂ ਗਾ ਕਿੱਦਾਂ ਉਹ ਤਾਂ ਚੈਨਲ ਨੇ ਪਾਤੀ ਸਾਲ ਬਾਅਦ ਤੇ ਉਹ ਤਾਂ ਹੁਣ ਅਸੀਂ ਬਣਵਾਈ ਹੋਈ ਨਹੀਂ ਹੈਗੀ, ਪਹਿਲਾਂ ਦੀ ਬਣੀ ਹੋਈ ਆ। ਮੇਰੀ ਚੈਨਲਾਂ ਨੂੰ ਵੀ ਬੇਨਤੀ ਹੈ ਭਾਈ, ਨਿਊਜ਼ ਚੈਨਲਾਂ ਨੂੰ, ਠੀਕ ਹੈ ਮੈਂ ਕੋਈ ਪੋਲੀਟੀਸ਼ੀਅਨ ਤਾਂ ਹੈ ਨਹੀਂ ਕਿ ਬਰਸਾਤੀ ਡੱਡੂਆਂ ਦਾ ਟਾਈਮ ਆਇਆ ਹੋਇਆ ਇੱਕ ਦੂਜੇ ਨੂੰ ਮਾੜਾ ਬੋਲੀ ਜਾਓ, ਪਰ ਔਨ ਗਰਾਊਂਡ ਲੈਵਲ ਜੇ ਕਿਸੇ ਮੀਡੀਆ ਵਾਲੇ ਭਰਾ ਨੂੰ ਦੇਖੋ, ਜੇ ਤਾਂ ਵਿਊਜ਼ ਲੈਣ ਦੀ ਗੱਲ ਹੈ ਫਿਰ ਤਾਂ ਗਾਲਾ ਗੋਲਾ ਕੱਢੀ ਜਾਓ ਲੋਕਾਂ ਨੂੰ, ਉਹਦੇ ਨਾਲ ਵੀ ਵਿਊਜ਼ ਆ ਹੀ ਰਹੇ ਨੇ। ਲੋਕ ਨੰਗੇ ਹੋਏ ਪਏ ਨੇ ਸੋਸ਼ਲ ਮੀਡੀਆ 'ਤੇ ਵਿਊ ਲੈਣ ਲਈ, ਕੀ ਚੱਲ ਰਿਹਾ ਅੱਜ ਕੱਲ੍ਹ ਇੰਸਟਾਗ੍ਰਾਮ ਫੇਸਬੁੱਕ 'ਤੇ ਤੁਹਾਨੂੰ ਪਤਾ ਹੀ ਹੈ, ਹੈ ਨਾ। ਪਰ ਜੇ ਕਿਤੇ ਸੱਚੀ ਉਹ ਦਿਲੋਂ ਭਾਵਨਾ ਨਾਲ ਕਿਸੇ ਦੀ ਮਦਦ ਕਰਨੀ ਹੈ ਤਾਂ ਐਂ ਚੱਕ ਚੱਕ ਵੀਡੀਓ ਨਾ ਪਾਓ, ਕਿਸੇ ਦਾ ਨੁਕਸਾਨ ਨਾ ਕਰੋ, ਹੈਲਪ ਮੈਂ। ਔਰ ਇੱਕ ਹੋਰ ਬੜੀ ਵੱਡੀ ਬੇਨਤੀ ਹੈ, ਲੁਧਿਆਣੇ ਸ਼ਹਿਰ 'ਚ ਬੜਾ ਵੱਡਾ ਇੱਕ ਸਕੈਮ ਚੱਲ ਰਿਹਾ, ਲੁਧਿਆਣੇ 'ਚ ਨਹੀਂ ਪੰਜਾਬ ਦੇ ਬੜੇ ਇਲਾਕਿਆਂ 'ਚ ਚੱਲ ਰਿਹਾ ਹੋਣਾ। ਉਹ ਪਿੱਛੇ ਕਿ ਨਾ ਮੈਂ ਜਿਹੜਾ ਸਕੈਮ ਹੈ ਉਹ ਖੋਲ੍ਹਣ ਦੀ ਕੋਸ਼ਿਸ਼ ਕੀਤੀ, 2-3 ਪੋਲੀਟੀਸ਼ੀਅਨ ਮੇਰੇ ਮਗਰ ਪੈ ਗਏ ਕਿਉਂਕਿ ਉਹਨਾਂ ਦਾ ਵੋਟ ਬੈਂਕ ਖਰਾਬ ਹੋ ਰਿਹਾ ਸੀ, ਹੈ ਨਾ। ਉਹ ਮੈਂ ਜਦੋਂ ਘਪਲਾ ਕੱਢਿਆ ਬਾਹਰ ਨੂੰ ਤਾਂ ਜਿਹਦੀ ਪਾਰਟੀ, ਹੁਣ ਓਬਵੀਅਸਲੀ ਗੱਲ ਹੈ, ਕੱਲ੍ਹ ਅਸੀਂ ਇੱਕ ਡਾਕਟਰ ਦੀ ਵੀਡੀਓ ਪਾਈ ਸੀ ਤਾਂ ਉਹ ਡਾਕਟਰ ਨੂੰ ਮਿਰਚਾਂ ਲੜੀਆਂ ਔਰ ਦੁਨੀਆ ਭਰ ਦੇ ਵਿੱਚ ਸਾਨੂੰ ਸਪੋਰਟ ਲਈ ਫੋਨ ਆਏ ਕਿ ਤੁਸੀਂ ਵਧੀਆ ਕੀਤਾ। ਪਰ ਹੁਣ ਜਿਨ੍ਹਾਂ ਨੂੰ ਮਿਰਚਾਂ ਲੜੀਆਂ, ਜਿਹੜਾ ਉਹ ਗਲਤ ਮਹਿਕਮਾ, ਉਹਨਾਂ ਨੂੰ ਤਾਂ ਮੇਰੇ ਤੋਂ ਦਿੱਕਤ ਹੋਏਗੀ ਹੋਏਗੀ, ਔਰ ਉਹ ਮੇਰਾ ਨੁਕਸਾਨ ਕਰਨ ਲਈ ਹਰ ਹੱਦ ਤੱਕ ਜਾਣਗੇ, ਮੇਰਾ ਨੁਕਸਾਨ ਕਰਨ ਲਈ ਕੁਛ ਵੀ ਕਰ ਸਕਦੇ ਨੇ, ਪਰ ਮੈਂ ਲੋਕਾਂ ਨੂੰ ਅਵੇਅਰ ਕਰਨੋਂ ਤਾਂ ਹਟਣਾ ਨਹੀਂ। ਹੁਣ ਜਿਹੜਾ ਉਹ ਸਕੈਮ ਹੈ ਉਹ 'ਚ ਕੀ ਕਰਦੇ ਨੇ, ਕੋਈ ਮਰੀਜ਼ ਫੜਦੇ ਨੇ, ਉਹ ਮਰੀਜ਼ ਦੀ ਵੀਡੀਓ ਜਾਂ ਉਹਦੇ ਪੋਸਟਰ ਲੈ ਕੇ ਕਿਤੇ ਪਾ ਦਿੰਦੇ ਨੇ ਜਾਂ ਖੜ ਜਾਂਦੇ ਨੇ, ਔਰ ਮੈਂ ਕਹਿ ਕੇ ਥੱਕ ਗਿਆ ਭਰਾਵਾ। ਜੇ ਤੁਸੀਂ ਸੱਚੀ ਹੋਈ ਸੇਵਾ ਕਰਨਾ ਚਾਹੁੰਦੇ ਹੋ, ਪੰਜਾਬ 'ਚ ਕਿਸੇ ਮਰੀਜ਼ ਨੂੰ ਕੋਈ ਇਲਾਜ ਦੀ ਲੋੜ ਹੈ, ਇੱਕ ਵਾਰੀ ਸਾਨੂੰ ਮਿਲ ਲਓ। ਉਸ ਤੋਂ ਬਾਅਦ ਸਪੋਜ਼ ਅਸੀਂ ਤੁਹਾਨੂੰ ਜਵਾਬ ਦੇ ਦਿੰਦੇ ਹਾਂ ਕਿ ਅਸੀਂ ਹੈਲਪ ਨਹੀਂ ਕਰਨੀ, ਤੁਸੀਂ ਉੱਥੇ ਕੈਮਰਾ ਕੱਢ ਕੇ ਸਾਡੀ ਵੀਡੀਓ ਬਣਾਉਣ ਲੱਗ ਜਾਓ, ਆਹ ਦੇਖੋ ਜੀ ਸਾਡੀ ਹੈਲਪ ਨਹੀਂ ਕਰ ਰਹੇ। ਲੋਕਾਂ ਨੂੰ ਬੇਨਤੀ ਹੈ ਕਿ ਸਾਨੂੰ ਬਾਈਪਾਸ ਕਰਕੇ ਤੁਸੀਂ ਸਾਡਾ ਨੁਕਸਾਨ ਨਹੀਂ ਕਰ ਰਹੇ, ਤੁਸੀਂ ਆਪਣਾ ਨੁਕਸਾਨ ਕਰ ਰਹੇ ਹੋ, ਤੁਸੀਂ ਦਾਨ ਦੀ ਆਪਣੀ ਦੁਰਵਰਤੋਂ ਕਰ ਰਹੇ ਹੋ। ਦਾਨ ਦੀ ਦੁਰਵਰਤੋਂ ਨਾ ਕਰੋ, ਸਾਡੇ ਕੋਲ ਪੂਰੀ ਦੁਨੀਆ ਭਰ ਦੇ ਵਿੱਚੋਂ ਜਿਹੜੀ ਕੱਲ੍ਹ ਵੀਡੀਓ ਸਾਡੀ ਵਾਇਰਲ ਹੋਈ ਸੀ ਉਹਦੇ ਬੜੇ ਹੀ ਸਬੂਤ ਆ ਰਹੇ ਨੇ, ਇੰਨੇ ਕੁ ਫੋਨ ਆ ਰਹੇ ਨੇ ਸਾਡੇ ਕੋਲ ਕਿ ਮਤਲਬ ਲੋਕ ਵਿਚਾਰੇ ਦੁਖੀ, ਜਿਹੜੇ ਵਿਚਾਰੇ ਦੁਖੀ ਲੋਕ ਨੇ ਹੁਣ ਉਹ ਕੀ ਕਰਨ, ਐਸੇ ਦੁਖੀ ਹੋਏ ਪਏ ਨੇ, ਉਹ ਸਾਨੂੰ ਰਿਕਾਰਡਿੰਗਾਂ ਭੇਜ ਰਹੇ ਨੇ, ਬਾਈ ਜੀ ਤੁਸੀਂ ਵਧੀਆ ਮੁੱਦਾ ਚੱਕਿਆ, ਹੁਣ ਆਹ ਸੁਣ ਲਓ, ਇੱਕ ਬਾਹਰੋਂ NRI ਵੀਰ ਹੈਗਾ ਕੋਈ, ਉਹਨੇ ਵਿਚਾਰੇ ਨੇ ਸਾਨੂੰ ਵੀਡੀਓ ਭੇਜੀ ਹੈ ਅੱਜ ਕੋਈ, ਉਹ ਭੇਜਿਓ, ਫਾਰਵਰਡ ਕਰਿਓ ਮੈਨੂੰ ਵੀਡੀਓ ਜਿਹੜੀ ਉਹ NRI ਵੀਰ ਨੇ ਭੇਜੀ, ਉਹ ਵਿਚਾਰਾ ਕਾਫੀ ਉਹ ਪਰੇਸ਼ਾਨ ਹੈ ਬੰਦਾ, ਅਤੇ ਉਹਦੇ 'ਚ ਵੀ ਬੰਦਾ ਵਿਚਾਰਾ ਮੈਡੀਕਲ ਮਾਫੀਆ ਦੇ ਸਬੂਤ ਕੱਢ ਰਿਹਾ, ਆਹ ਲੈ ਲਓ। ਸਤਿ ਸ਼੍ਰੀ ਅਕਾਲ ਬਾਈ ਜੀ, ਬਾਈ ਜੀ ਆਪਣਾ ਨਾਮ ਤਾਂ ਤੁਹਾਨੂੰ ਲਿਖ ਕੇ ਭੇਜੂਗਾ, ਐਡਰੈਸ ਵੀ ਲਿਖ ਕੇ ਭੇਜੂਗਾ, ਪਰ ਮੈਂ ਹਾਂ ਇੰਨਾ ਜ਼ਰੂਰ ਤੁਹਾਨੂੰ ਦਿਖਾਵਾਂਗਾ ਕਿ ਹਾਂ ਕੋਈ ਤੁਹਾਡੀ ਵੀਡੀਓ ਦੇਖ ਰਿਹਾ ਸੀ, ਮੈਂ ਕਿਹਾ ਡਾਕਟਰ ਦੀ ਰਿਕਾਰਡਿੰਗ ਹੋਈ, ਡਾਕਟਰ ਨੇ ਕਿਹਾ ਕਿ ਪਾਸ ਹੋ ਗਿਆ ਇਹਦੇ 'ਚ ਫਿਰਦੀ ਹੈ, ਭਾਅ ਜੀ ਇਹਦਾ ਸੱਚ ਹੈ? ਇਹ ਸੱਚ ਹੈ, ਇਹਦੇ 'ਚ ਕੋਈ ਰਾਏ ਦੀ ਹੈਗੀ
ਕਈ ਸਕੈਲਾਂ ਦੇ ਰੇਟ ਘੱਟ ਵਾ, ਕਈਆਂ ਦੇ ਵੱਧ ਵਾ। ਉਹਨੇ ਹੋਲ ਵਡੋਵਾ ਦੀ ਗੱਲ ਕੀਤੀ ਆ, ਮੈਂ ਉਹਦੇ ਪੱਖ ਦੀ ਗੱਲ ਨਹੀਂ ਕਰਦਾ, ਰਾਜੀ ਉਹਦੇ ਹੱਕ ਦੀ ਗੱਲ ਕਰਦਾ, ਪਰ ਮੈਂ ਹਾਂ ਇੱਕ ਲੋਟਰੀ ਪ੍ਰੋਫੈਸ਼ਨ ਦੇ ਵਿੱਚ ਮੈਂ ਹੋਣ ਕਰਕੇ ਮੈਂ ਤੁਹਾਨੂੰ ਇੱਕ ਮੈਨੂੰ ਸਟਾਫ ਦੇ ਅੰਦਰੋਂ ਲੋਕ ਭੇਜ ਰਹੇ ਨੇ ਇਹਨਾਂ ਦੇ ਲੂਪ ਹੋਲਸ। ਚਲੋ ਮੈਡੀਕਲ ਮਾਫੀਆ ਬਹੁਤ ਵੱਡਾ, ਮੈਂ ਤਾਂ ਨਹੀਂ ਖਤਮ ਕਰ ਸਕਦਾ ਇਹਨੂੰ, ਪਰ ਮੈਂ ਲੋਕਾਂ ਨੂੰ ਅਵੇਅਰ ਕਰ ਸਕਦਾ, ਇਹਦੇ ਤੋਂ ਨਹੀਂ ਮੈਂ ਭੱਜ ਸਕਦਾ। ਅਤੇ ਹੋਰ ਕੀ ਸੀਗਾ? 4 ਮਹੀਨੇ ਪਹਿਲਾਂ ਆਹ ਸੱਚ ਖਬਰ ਸੀਗੀ, ਆਹ 4 ਮਹੀਨੇ ਪਹਿਲਾਂ ਤੁਸੀਂ ਦੇਖੋ ਕੈਨ ਜੀ ਵਾਲੇ ਵੀਰ ਦੀ ਆ ਵੀਡੀਓ ਆਈ ਹੈ, ਜਿਨ੍ਹਾਂ ਨੇ ਇਹਨਾਂ ਦੀ ਹੈਲਪ ਕੀਤੀ, ਉਹ 4 ਮਹੀਨੇ ਪੁਰਾਣੀ ਵੀਡੀਓ ਆਈ ਹੈ। 4 ਮਹੀਨੇ ਪੁਰਾਣੀ ਇਹਨਾਂ ਦੀ ਆਈ ਹੈ ਮੇਰੇ ਕੋਲ ਲਿੰਕ, 4 ਮਹੀਨੇ ਪੁਰਾਣੀ ਵੀਡੀਓ ਹੈ। ਦੇਖੋ ਉਹਨਾਂ ਨੇ ਪਾਈ ਹੋਈ ਹੈ, 4 ਮਹੀਨੇ ਪਹਿਲਾਂ ਉਹਨਾਂ ਦੇ ਘਰੇ ਬੈਠੇ ਨੇ, ਪੈਸੇ ਦੇਣ ਗਏ ਹੋਏ ਨੇ। ਮੈਨੂੰ ਨਹੀਂ ਕੋਈ ਦਿੱਕਤ ਹੈਗੀ, ਜਿੰਨੇ ਮਰਜ਼ੀ ਜਿਹਨੂੰ ਮਰਜ਼ੀ ਪੈਸੇ ਦਿਓ, ਬਟ ਦਿੱਕਤ ਇਹ ਕਿ ਤੁਹਾਡਾ ਪੈਸਾ ਗਲਤ ਯੂਜ਼ 'ਚ ਨਾ ਜਾਵੇ, ਉਹਦੇ ਕਰਕੇ ਥੋੜ੍ਹਾ ਜਿਹਾ ਅਵੇਅਰ ਰਹੋ। ਜੇ ਕਿਸੇ ਨੂੰ ਕੋਈ ਮੈਡੀਕਲੀ ਕੋਈ ਤਕਲੀਫ ਹੈ, ਕੋਈ ਹੈਲਪ ਚਾਹੀਦੀ ਤਾਂ ਸਾਨੂੰ ਇੱਥੇ ਆ ਕੇ ਮਿਲ ਲਓ, ਅਸੀਂ ਰੋਜ਼ ਇੱਥੇ ਬੈਠੇ ਨੇ, ਸਾਡੀ ਟੀਮ ਬੈਠੀ ਹੈ ਯਾਰ, ਪੂਰੀ ਡੋਨਰ ਬੈਠੇ ਨੇ, ਇਹ ਵੀ ਦੇਖ ਰਹੇ ਨੇ। ਭਾਅ ਜੀ ਕੀ ਮਹਿਸੂਸ ਕਰ ਰਹੇ ਹੋ ਕੁਛ ਦੇਖ ਕੇ? ਤੁਸੀਂ ਐਨ ਆਰ ਆਈ ਹੋ, ਬਾਹਰੋਂ ਬਾਹਰੋਂ ਬਹਿ ਕੇ ਪੈਸਾ ਪਾਉਣਾ ਚਾਹੋਗੇ ਇੱਦਾਂ ਹੀ ਘਰੇ ਬਹਿ ਕੇ? ਕੁਛ ਪਤਾ ਹੀ ਨਹੀਂ ਤੁਹਾਨੂੰ ਕੀ ਹੋ ਰਿਹਾ ਇੱਥੇ? ਆਇਆ ਕਿੰਨੀ ਦੇਰ ਤੋਂ ਵੀਡੀਓ ਦੇਖ ਰਹੇ ਹੋ? 4 ਸਾਲ ਦੇਖੋ, 4 ਸਾਲ ਤੋਂ ਬਾਹਰੋਂ ਵੀਡੀਓ ਦੇਖ ਦੇਖ ਇੱਥੇ ਆ ਕੇ ਬਹਿ ਕੇ, ਹੁਣ ਇੱਥੇ ਆ ਕੇ ਬਹਿ ਕੇ ਪਤਾ ਲੱਗਦਾ ਰੰਗ ਕਿ ਕਿੰਨਾ ਕੁਛ ਹੈ, ਮਰੀਜ਼ ਇੱਥੇ ਬਹਿ ਕੇ ਕੀ ਬੋਲਦਾ ਹੈ ਅਤੇ ਡੋਨਰ ਨੂੰ ਕੀ ਕੀ ਐਕਸਪੀਰੀਅੰਸ ਹੁੰਦਾ, ਇਹ ਸਾਰੀਆਂ ਚੀਜ਼ਾਂ ਇੱਥੇ ਆ ਕੇ ਤੁਹਾਨੂੰ ਪਤਾ ਲੱਗਣੀਆਂ। ਸੋ ਜ਼ਰੂਰ ਆਇਆ ਕਰੋ, ਬੈਠਿਆ ਕਰੋ ਸਾਡੇ ਨਾਲ ਆ ਕੇ। ਬਹੁਤ ਬਹੁਤ ਧੰਨਵਾਦ।